क्या आपका सपना भी मेडिकल, इंजीनियरिंग, डेंटल या पोस्ट ग्रेजुएशन कोर्सेज में एडमिशन लेने का है, मगर कंफ्यूजन और टेंशन में हो? एडमिशन गुरु सारे कंफ्यूजन को दूर करेंगे और सही कॉलेज और कोर्सेज चूज करने में मदद करेंगे। तो देर किस बात की, एडमिशन गुरु से कंसल्ट करो आज ही। कॉल नाउ 9234566666 666666 9481855555। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪੰਜਾਬੀ ਐਕਟਿਵ ਟੀਵੀ ਅਤੇ ਮੈਂ ਤੁਹਾਡਾ ਆਪਣਾ ਮਲਕੀਤ ਸਿੰਘ ਬੱਬੂ, ਮੇਰੇ ਨਾਲ ਸਾਥੀ ਸੁਖਦੇਵ ਸਿੰਘ ਜੀ। ਅਸੀਂ ਪਹੁੰਚਿਆ ਪਿੰਡ ਬਲੱਗਣ, ਜੋ ਕਿ ਸੁਖਵਿੰਦਰ ਸਿੰਘ ਜੀ ਸਰਪੰਚ ਬਹੁਤ ਲੰਮੀ ਲੀਡ ਦੇ ਨਾਲ ਜਿਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਆ, ਆਓ ਉਹਨਾਂ ਦੇ ਰੂਬਰੂ ਹੋਈਏ। ਸਰਪੰਚ ਸਾਹਿਬ, ਤੁਹਾਨੂੰ ਸਰਪੰਚੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਧੰਨਵਾਦ ਜੀ। ਪੱਤਰਕਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜੀ ਆਪਣਾ ਪਿੰਡ ਬਲੱਗਣ ਤੋਂ ਪਹਿਲੇ ਵੀ ਸਰਪੰਚੀ ਲੜੀ ਹੈ ਜੀ, ਅਤੇ ਆਪਾਂ ਨੂੰ ਵੋਟਰਾਂ ਦੇ ਸਪੋਰਟਰਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਨੂੰ ਵੋਟ ਪਾਈ ਇਹਨਾਂ ਨੇ, ਅਤੇ ਸਾਡੇ ਮੈਂਬਰ 4 ਮੈਂਬਰ ਬਣੇ ਸਾਡੇ, ਅਤੇ ਪੰਜਵਾਂ ਸਰਪੰਚ ਬਣਿਆ ਜੀ। ਇਹ ਵੋਟਰਾਂ ਨੂੰ ਅਤੇ ਜਿਹੜੇ ਮੈਂਬਰ ਤੁਹਾਡੇ ਬਣੇ ਆ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ? ਉਹਨਾਂ ਦਾ ਜੀ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਜੀ, ਸਾਰੇ ਪਿੰਡ ਦਾ ਜੀ, ਅਤੇ ਨਾਲ ਆਪਣੇ ਮੈਂਬਰ ਸਰਪੰਚਾਂ ਦਾ। ਸਾਰੇ ਪਿੰਡ ਦਾ ਸਾਥ ਲੈ ਕੇ ਕਰਵਾਵਾਂਗੇ ਕੰਮ ਜੀ। ਸਾਡੇ ਮੇਨ ਮੇਨ ਕੰਮ ਜਿਹੜੇ ਹੈਗੇ ਆ, ਇੱਕ ਮੜੀਆਂ ਦਾ ਅਤੇ ਇੱਕ ਨਾਲੇ ਦਾ ਜੀ, ਵਿਕਾਸ ਦਾ, ਜਿਹੜਾ ਪਾਣੀ ਦੇ ਵਿਕਾਸ ਦਾ, ਇਹ ਅਸੀਂ ਸਾਰੇ ਨਗਰ ਨੂੰ ਨਾਲ ਲਿਖ ਕੇ ਕਰਵਾਵਾਂਗੇ ਜੀ। ਪਾਣੀ ਦੇ ਕਰਾਸ ਦਾ ਕੀ ਕੰਮ ਹੋਣ ਵਾਲਾ ਜੀ? ਇਹ ਜੀ ਛੱਪੜ ਆ, ਅਤੇ ਛੱਪੜ ਦਾ ਵਿਕਾਸ ਹੋਣ ਵਾਲਾ, ਨਾਲਾ ਬਣਨ ਵਾਲਾ ਪੱਖਾ ਜੀ। ਠੀਕ ਹੈ ਜੀ। ਹਾਂਜੀ। ਅਤੇ ਸਰਪੰਚ ਸਾਹਿਬ, ਜਿਹੜੇ ਗਰੀਬ ਪਿੰਡ ਦੇ ਵਿੱਚ ਹੁੰਦੇ, ਜਿਹਨਾਂ ਨੂੰ ਆਟਾ ਦਾਲ ਸਕੀਮ ਨਹੀਂ ਮਿਲਦੀ, ਅਤੇ ਕਈਆਂ ਦੇ ਕਾਰਡ ਕੱਟੇ 'ਚ ਆ ਚੁੱਕੇ ਆ, ਅਤੇ ਕਈ ਇਹੋ ਜਿਹੇ ਬਜ਼ੁਰਗ ਆ ਜਿਹੜੇ ਜਿਹਨਾਂ ਦੀ ਪੈਨਸ਼ਨ ਨਹੀਂ ਲੱਗਦੀ, ਅਤੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ? ਦੇਖੋ ਜੀ, ਆਪਾਂ ਜਿਹਨਾਂ ਦੇ ਆਟਾ ਦਾਲ ਕੱਟੇ ਗਏ ਆ ਕਾਰਡ, ਉਹਨਾਂ ਦੇ ਨਵੇਂ ਬਣਵਾ ਕੇ ਦੇਵਾਂਗੇ ਜੀ ਹੁਣ, ਅਤੇ ਜਿਹੜੀ ਕਿ ਹੁਣ KYC ਹੁੰਦੀ ਆ, ਉਹ KYC ਕਰਵਾ ਕੇ ਦੇਵਾਂਗੇ ਸਾਰਿਆਂ ਨੂੰ। ਅਤੇ ਜਿਹੜੇ ਬਜ਼ੁਰਗਾਂ ਦੀ ਪੈਨਸ਼ਨ ਜਿਸ ਤਰ੍ਹਾਂ ਕਈਆਂ ਦੀ ਲੱਗੀ ਨਹੀਂ ਆ, ਅਤੇ ਉਹਨਾਂ ਨੂੰ ਇਹ ਹੁੰਦਾ ਵੀ ਸਾਡੀ ਪੈਨਸ਼ਨ ਲੱਗੇ ਅਤੇ ਸਾਡਾ ਵੀ ਕੋਈ ਖਾਤੇ 'ਚ ਤੇਲ ਫੁਲਾਵੇ, ਉਹਨਾਂ ਨੂੰ ਕੀ? ਉਹਨਾਂ ਦਾ ਵੀ ਬਹੁਤ, ਜਿਹੜੇ ਮੇਰੇ ਨਾਲ ਸਾਰਾ ਪਿੰਡ ਆ, ਆਪਾਂ ਲੱਗ ਰਿਹਾ, ਜਿਹਦੀ ਕੋਈ ਲੱਗਣ ਵਾਲੀ ਉਮਰ ਦੇ ਹਿਸਾਬ ਨਾਲ ਉਹਦੀ ਪੈਨਸ਼ਨ ਲਵਾਵਾਂਗੇ ਜੀ, ਅਤੇ ਸਾਰਿਆਂ ਦਾ ਮਤਲਬ ਵਧੀਆ ਤਰੀਕੇ ਨਾਲ ਕੰਮ ਕਰਾਵਾਂਗੇ, ਜਿਹੜਾ ਵੀ ਮਤਲਬ ਕਰਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਮਰਾਮੈਨ ਸੁਖਦੇਵ ਸਿੰਘ ਨਾਲ ਮਲਕੀਤ ਸਿੰਘ ਦੀ ਰਿਪੋਰਟ, ਪੰਜਾਬੀ ਐਕਟਿਵ ਟੀਵੀ, ਅੰਮ੍ਰਿਤਸਰ।